ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਜਲੰਧਰ ਦੇ ਆਗੂ ਬਲਵੰਤ ਸਿੰਘ ਮਲਸੀਆ ਅਤੇ ਮਜ਼ਦੂਰ ਕਿਸਾਨ ਸੰਘਰਸ਼ ਹਮਾਇਤੀ ਕਮੇਟੀ ਮੁਠੱਡਾ ਕਲਾਂ ਦੇ ਆਗੂ ਕਾਂਤੀ ਮੋਹਨ ਨੇ ਪ੍ਰੈਸ ਵਾਰਤਾ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਾਲੇ ਖੇਤੀ ਅਤੇ ਕਿਰਤ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮੁਲਕ ਭਰ ਵਿੱਚ ਚੱਲ ਰਹੇ ਅੰਦੋਲਨ ਨੂੰ ਹਰ ਪੱਖੋਂ ਹੋਰ ਮਜ਼ਬੂਤ ਅਤੇ ਸਫਲ ਕਰਨ ਲਈ ਦੁਆਬਾ ਖੇਤਰ ਅੰਦਰ 12 ਮਾਰਚ ਦਿਨ ਸ਼ੁੱਕਰਵਾਰ ਨੂੰ 11 ਵਜੇ ਪਿੰਡ ਮੁਠੱਡਾ ਕਲਾਂ ਵਿਖੇ ਹੋ ਰਹੀ ਮਜ਼ਦੂਰ ਕਿਸਾਨ ਏਕਤਾ ਮਹਾਂਰੈਲੀ ਦੀ ਤਿਆਰੀ ਲਈ ਪਿੰਡ ਪਿੰਡ ਜ਼ੋਰਦਾਰ ਲਾਮਬੰਦੀ ਮੁਹਿੰਮ ਵਿੱਢੀ ਗਈ ਹੈ। ਇਹ ਮਹਾਂਰੈਲੀ ਆਪਣੇ ਆਪ ਵਿੱਚ ਇੱਕ ਨਿਵੇਕਲੀ ਰੈਲੀ ਹੋਵੇਗੀ ਜੋ ਕਿ ਪਿੰਡ ਦੁਆਲੇ ਕੇਂਦਰਿਤ ਹੋ ਕੇ ਇਲਾਕੇ ਅਤੇ ਦੁਆਬਾ ਖੇਤਰ ਵਿੱਚ ਦਿੱਲੀ ਮੋਰਚੇ ਅਤੇ ਸਥਾਨਕ ਸਰਗਰਮੀਆਂ ਲਈ ਨਵਾਂ ਉਤਸ਼ਾਹ ਅਤੇ ਜੋਸ਼ ਪ੍ਰਦਾਨ ਕਰੇਗੀ। ਮਜ਼ਦੂਰ ਕਿਸਾਨ ਹਮਾਇਤ ਸੰਘਰਸ਼ ਕਮੇਟੀ ਵੱਲੋਂ ਜਿਹੜੀ ਸਾਡੀ ਐਜੂਟੇਸ਼ਨ ਮੁਠੱਡਾ ਕਲਾਂ ਆ, ਪਹਿਲਾਂ ਉਦੋਂ ਹੀ ਨਵਾਂ ਨਾਮ ਦੇ ਕੇ ਮਜ਼ਦੂਰ ਕਿਸਾਨ ਹਮਾਇਤ ਸੰਘਰਸ਼ ਕਮੇਟੀ ਮੁਠੱਡਾ ਕਲਾਂ ਦੇ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇੱਥੇ ਇੱਕ ਵੱਡੇ ਪੱਧਰ 'ਤੇ ਮਜ਼ਦੂਰਾਂ ਨੂੰ ਕਿਸਾਨ ਭਰਾਵਾਂ ਦੇ ਨਾਲ ਡਟ ਕੇ ਖੜ੍ਹੇ ਹੋਣ ਦੇ ਲਈ ਜਿਹੜਾ ਆ ਚੇਤਨਾ ਕਰਨ ਵਾਸਤੇ ਉਹਨਾਂ ਦੀ, ਜਿਹੜਾ ਕਿ ਕੇਂਦਰ ਸਰਕਾਰ ਵੱਲੋਂ ਸਮੇਂ ਸਮੇਂ 'ਤੇ ਕਿਹਾ ਗਿਆ ਕਿ ਇਹ ਕਿਸਾਨਾਂ ਦਾ ਇਕੱਲਿਆਂ ਦਾ ਬਿੱਲ ਹੈ, ਕਿਸਾਨਾਂ ਨੂੰ ਇਕੱਲਿਆਂ ਨੂੰ ਨੁਕਸਾਨ ਹੈ, ਮਜ਼ਦੂਰਾਂ ਨੂੰ ਬਹੁ ਗਿਣਤੀ 'ਚ ਲੋਕਾਂ ਨੂੰ ਜਿਹੜੇ 3.25 ਕਰੋੜ ਦੀ ਆਬਾਦੀ ਜਿਹੜੀ ਪੂਰੇ ਪੰਜਾਬ ਦੀ ਆ ਉਹਨੂੰ ਚੇਤਨ ਕਰਨ ਵਾਸਤੇ ਔਰ ਸੰਯੁਕਤ ਮੋਰਚੇ ਦੇ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਵੀ ਵੱਡੇ ਪੱਧਰ 'ਤੇ ਸਾਰੇ ਲੀਡਰ ਸਹਿਬਾਨਾਂ ਨੂੰ, ਸਾਰੇ ਜਥੇਬੰਦੀਆਂ ਦੇ ਆਗੂਆਂ ਨੂੰ ਬੇਨਤੀ ਆ ਕਿ ਉਹ ਵੀ ਹੁੰਮ ਹੁਮਾ ਕੇ ਇਸ ਰੈਲੀ ਨੂੰ ਜਿਹੜਾ ਆ ਕੇ ਸੰਬੋਧਨ ਕਰਨ। ਆਪਣੇ ਸਾਰੇ ਹੀ ਸ਼ੁਭ ਚਿੰਤਕਾਂ ਨੂੰ ਮੈਂ ਇਲਾਕੇ ਭਰ ਦੇ ਸਾਰੇ ਜਿਹੜੇ ਸਾਥੀ ਮਜ਼ਦੂਰ ਕਿਸਾਨ ਹੈਗੇ ਉਹਨਾਂ ਸਭ ਨੂੰ ਆਪਣੇ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਇਹ ਸੱਦਾ ਦੇ ਰਿਹਾ ਕਿ ਆਓ ਆਪਾਂ ਕਿਸਾਨ ਦੀ ਬਾਂਹ ਫੜ ਕੇ, ਆਓ ਮਜ਼ਦੂਰ ਅੱਗੇ ਹੋ ਕੇ ਕਿਸਾਨ ਦੀ ਬਾਂਹ ਫੜ ਕੇ ਆਪਾਂ ਇਸ ਘੋਲ ਨੂੰ ਜਿਹੜਾ ਆ ਉਹ ਕਿਸੇ ਬੰਨੇ ਕੰਢੇ ਲਗਾਈਏ। ਉਹਨਾਂ ਦੱਸੇ ਕਿ ਮਹਾਂਰੈਲੀ 'ਚ ਸ਼ਾਮਿਲ ਹੋਣ ਲਈ ਮਜ਼ਦੂਰ, ਕਿਸਾਨ, ਨੌਜਵਾਨ, ਵਿਦਿਆਰਥੀ, ਔਰਤਾਂ, ਬੇਰੁਜ਼ਗਾਰ, ਤਰਕਸ਼ੀਲ, ਸਾਹਿਤਕ, ਸੱਭਿਆਚਾਰਕ ਅਤੇ ਜਮਹੂਰੀ ਜਥੇਬੰਦੀਆਂ ਨੂੰ ਜ਼ੋਰਦਾਰ ਅਪੀਲ ਕੀਤੀ ਗਈ ਹੈ। 12 ਤਰੀਕ ਦੀ ਇਹ ਰੈਲੀ ਇੱਕ ਤਰ੍ਹਾਂ ਦੇ ਨਾਲ ਇਹ ਆਵਾਜ਼ ਵੀ ਦਊਗੀ ਕਿ ਪੂਰੇ ਮੁਲਕ ਦੇ ਅੰਦਰ ਫੜੇ ਹੋਏ ਬੁੱਧੀਜੀਵੀਆਂ ਨੂੰ ਰਿਹਾ ਕਰੋ, ਝੂਠੇ ਮੜੇ ਗਏ ਕੇਸ ਵਾਪਸ ਲਵੋ, ਕਾਲੇ ਕਾਨੂੰਨ ਵਾਪਸ ਲਵੋ, ਔਰ ਆਉਣ ਵਾਲੇ ਸਮੇਂ 'ਚ ਨਵਾਂ ਨਵਾਂ ਜਿਹੜਾ ਕਰੋਨਾ ਦਾ ਚੱਕਰ ਲਿਆਂਦਾ ਜਾ ਰਿਹਾ, ਕੋਬਰਾ ਕਰੋਨਾ ਦਾ ਕੱਢ ਕੇ ਜਿਹੜਾ ਉਹਦਾ ਡੰਗ ਮਰਵਾ ਕੇ ਲੋਕਾਂ ਦੇ ਉੱਤੇ, ਜਿਵੇਂ ਅੱਗੇ ਜੀ ਵੱਖ ਵੱਖ ਕਾਨੂੰਨ ਮੜੇ, ਕਿਰਤ ਕਾਨੂੰਨ ਮੜੇ ਔਰ ਇਹ ਕਾਲੇ ਕਾਨੂੰਨ ਲੈ ਕੇ ਆਉਂਦੇ, ਤਾਂ ਇਹ ਸਾਰੇ ਦੌਰ ਦੇ ਵਿੱਚ ਪੰਜਾਬ ਲੋਕ ਸੱਭਿਆਚਾਰਕ ਮੰਚ ਦੁੱਲੇ ਭੱਟੀ ਦੀ ਗਾਥਾ ਕਰੂਗਾ। ਔਰ ਮੈਂ ਅਖੀਰ ਦੇ ਵਿੱਚ ਤੁਹਾਡੇ ਮਾਧਿਅਮ ਰਾਹੀਂ ਸਿਰਫ ਇੰਨੀ ਗੱਲ ਕਰਨੀ ਚਾਹੂੰਗਾ ਕਿ 12 ਤਰੀਕ ਨੂੰ ਅਸੀਂ ਇੱਥੇ ਪਿਛਲੇ 1921 ਦੇ ਵਿੱਚ 17 ਜਨਵਰੀ 1921 ਨੂੰ ਮੁਠੱਡੇ ਕਲਾਂ 'ਚ ਬਹੁਤ ਵੱਡੀ ਕਾਨਫਰੰਸ ਹੋਈ ਸੀ ਕੂਕਾ ਲਹਿਰ ਦੀ। 13 ਵਰ੍ਹਿਆਂ ਦਾ ਭਗਤ ਸਿੰਘ ਇੱਥੇ ਬੋਲ ਕੇ ਗਿਆ ਸੀ। ਅੱਜ ਪੂਰੇ 100 ਸਾਲ ਬਾਅਦ ਮੁਠੱਡਾ ਕਲਾਂ ਦੀ ਧਰਤੀ ਕੂਕਾ ਲਹਿਰ ਨੂੰ, ਭਗਤ ਸਿੰਘ ਹੋਰਾਂ ਨੂੰ, ਸ੍ਰੀ ਗੁਰੂ ਰਵਿਦਾਸ ਜੀ ਦੇ ਬੇਗਮਪੁਰੇ ਨੂੰ, ਬਾਬਾ ਨਾਨਕ ਦੀ ਸਾਂਝੀ ਬਾਲਤਾ ਨੂੰ ਅਤੇ ਦੁੱਲੇ ਭੱਟੀ ਦੇ ਧਮਕ ਨਗਾਰੇ ਦੀ ਨੂੰ, ਇਹਨਾਂ ਸਾਰਿਆਂ ਨੂੰ ਗਲਵੱਕੜੀ ਪਾ ਕੇ ਆਉਣ ਵਾਲੇ ਕੱਲ੍ਹ ਨੂੰ ਅੱਗੇ ਲੈ ਕੇ ਤੁਰੇਗਾ, ਤਾਂ ਜੋ ਇਹ ਬਸੰਤੀ ਰੰਗ ਦੀਆਂ ਚੁੰਨੀਆਂ ਅਤੇ ਬਸੰਤੀ ਰੰਗ ਦਾ ਚੋਲਾ ਜਿਹੜਾ ਭਗਤ ਸਿੰਘ ਦਾ ਜਵਾਨੀ ਫੜੇ। ਔਰ ਅਸੀਂ ਜਵਾਬ ਦੇਵਾਂਗੇ 12 ਤਰੀਕ ਦੀ, ਸਾਨੂੰ ਪੱਕਾ ਗਰੰਟੀ ਹੈ 12 ਤਰੀਕ ਦੀ ਰੈਲੀ ਨਾਲ। ਜਿਹੜਾ ਇਹ ਕਹਿੰਦਾ ਕਿ ਦਿੱਲੀ ਦੇ ਮੋਰਚਿਆਂ 'ਤੇ ਇਕੱਠ ਘਟਣ ਲੱਗ ਗਿਆ, ਉਹਦਾ ਜਵਾਬ ਹੋਊਗਾ। ਅੱਜ ਅਸੀਂ ਇੱਥੇ ਮੁਠੱਡਾ ਕਲਾਂ ਦੇ ਵਿੱਚ ਜਿਹੜੀ 12 ਤਰੀਕ ਨੂੰ ਕਿਸਾਨ ਮਜ਼ਦੂਰ ਏਕਤਾ ਮਹਾਂਰੈਲੀ ਹੋਣ ਜਾ ਰਹੀ ਹੈ, ਉਹਦੇ ਸੰਬੰਧ ਵਿੱਚ ਅਸੀਂ ਅੱਜ ਕਿੱਥੇ ਇਕੱਠੇ ਹੋਏ ਹਾਂ, ਕਿਉਂਕਿ ਪਿਛਲੇ ਕਾਫੀ ਦਿਨਾਂ ਦੇ ਤੋਂ ਜਿਹੜੀ ਇਹ ਮੁਠੱਡਾ ਕਲਾਂ ਦੇ ਕਾਂਤੀ ਮੋਹਨ ਸਰਪੰਚ ਅਤੇ ਉਹਨਾਂ ਦੇ ਸਾਰੇ ਸਾਥੀ, ਉਹਨਾਂ ਨੇ ਕਿਸਾਨ ਮਜ਼ਦੂਰ ਏਕਤਾ ਮਹਾਂਰੈਲੀ ਕਰਾਉਣ ਦਾ ਜਿਹੜਾ ਫੈਸਲਾ ਲਿਆ ਸੀ ਅਤੇ ਉਹਦੀ ਲਗਾਤਾਰ ਜਿਹੜੀਆਂ ਤਿਆਰੀਆਂ ਹੋ ਰਹੀਆਂ, ਕਿਉਂਕਿ 12 ਤਰੀਕ ਦੀ ਜਿਹੜੀ ਇਹ ਦੁਆਬੇ ਦੇ ਵਿੱਚ ਜਿਹੜੀ ਇਤਿਹਾਸਕ ਮਹਾਂਰੈਲੀ ਹੋਣ ਜਾ ਰਹੀ ਹੈ, ਇਹਨੇ ਜਿਹੜੇ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜਾ ਅੰਦੋਲਨ ਜਿਹੜਾ ਸ਼ੁਰੂ ਹੋਇਆ, ਮੋਦੀ ਹਕੂਮਤ ਜਿਹੜੀ ਟਸ ਤੋਂ ਮਸ ਨਹੀਂ ਹੋ ਰਹੀ, ਇਸ ਜਿਹੜੀ ਮਹਾਂਰੈਲੀ ਹੋਣ ਜਾ ਰਹੀ ਹੈ, ਇਸ ਰੈਲੀ ਨੇ ਉਸ ਅੰਦੋਲਨ ਨੂੰ ਹੋਰ ਤਾਕਤ ਬਖਸ਼ਣੀ ਹੈ। ਦੁਆਬੇ ਦੇ ਵਿੱਚ ਬਹੁਤ ਸਾਰੇ ਜਿਹੜੇ ਸਾਨੂੰ ਲੱਗਦਾ ਸੀ ਵੀ ਦੁਆਬਾ ਪਿਛੜਿਆ ਹੋਇਆ ਸੀ, ਪਰ ਦੁਆਬੇ ਦੇ ਵਿੱਚ ਜਿਹੜੀਆਂ ਸਰਗਰਮੀਆਂ ਹੁਣ ਸ਼ੁਰੂ ਹੋਈਆਂ, ਇਹਨੇ ਉਸ ਅੰਦੋਲਨ ਨੂੰ ਹੋਰ ਤਾਕਤ ਬਖਸ਼ਣੀ ਹੈ ਅਤੇ ਜਦੋਂ ਤੱਕ ਇਸ ਲੜਾਈ ਨੇ ਹੋਰ ਲੰਬਿਆ ਹੋਣਾ ਅਤੇ ਇਸ ਲੜਾਈ ਦੇ ਵਿੱਚ ਦੁਆਬੇ ਦੇ ਬਹੁਤ ਸਾਰੇ ਜਿਹੜੇ ਕਿਰਤੀ ਲੋਕ ਨੇ, ਜਿਹੜੇ ਮਜ਼ਦੂਰ ਕਿਸਾਨ, ਜਿਹੜੇ ਛੋਟੇ ਦੁਕਾਨਦਾਰ ਨੇ, ਜਿਹੜੇ ਦਸਤਕਾਰ ਨੇ, ਜਿਹੜੇ ਹੋਰ ਛੋਟੇ ਕਾਰੋਬਾਰੀ ਨੇ, ਉਹਨਾਂ ਨੂੰ ਇਸ ਅੰਦੋਲਨ ਦੇ ਨਾਲ ਜੋੜਨ ਦੇ ਲਈ ਇਸ ਰੈਲੀ ਨੇ ਇੱਕ ਮੀਲ ਪੱਥਰ ਸਾਬਤ ਹੋਣਾ। ਸੋ ਸਾਨੂੰ ਪੂਰੀ ਤਸੱਲੀ ਹੈ ਵੀ ਉਹ ਦਿਨ ਵੱਧ ਚੜ੍ਹ ਕੇ
जिहड़े लोकां ने पिंडां दे विचों जिहड़ा हुंगारा जिहड़ियां मीटिंगां दे विच जिहड़ी तैयारी हो रही है उहदा बहुत वधिया हुंगारा है ते लोकां ने इत्थे वध चढ़ के जिहड़ा उस मतलब जिहड़ी आ इस रैली नूं कामयाब कर दिया।